ਜਿਵੇਂ ਕਿ ਤੁਸੀਂ ਹੁਣ ਅੱਜਕੱਲ ਦੇਖਿਆ ਹੀ ਹੋਏਗਾ ਕਿ ਕਾਫੀ ਐਸੇ ਏਜੰਟ ਨੇ ਤੁਸੀਂ ਕਾਫੀ ਐਡ ਦੇਖਦੇ ਹੋਵੋਗੇ ਜੀ ਚ ਇਹ ਦੱਸਿਆ ਜਾਂਦਾ ਹੈ ਕਿ ਅਗਰ ਤੁਸੀਂ ਕੈਨੇਡਾ ਜਾਣਾ ਚਾਹੁੰਦੇ ਹੋ ਤਾਂ ਤੁਹਾਡੇ ਕੋਲ ਜਿਹੜੀ ਕੈਨੇਡਾ ਜਾਣ ਦੀ ਸਾਰੀ ਫੀਸ ਹੈ ਉਹ ਵੀਜ਼ਾ ਲੱਗਣ ਤੋਂ ਬਾਅਦ ਲਈ ਜਾਏਗੀ ਜਾਂ ਫਿਰ ਕਾਫੀ ਏਜੰਟ ਐਸ ਨੇ ਜਿਹੜੇ ਕਿ ਤੁਹਾਨੂੰ ਕਾਫੀ ਲਾਲਚ ਦਿੰਦੇ ਨੇ ਜੋ ਤੁਸੀਂ ਏਜੰਟ ਕੋਲ ਪਹੁੰਚ ਜਾਂਦੇ ਹੋ ਤਾਂ ਏਜੰਟ ਦੁਆਰਾ ਤੁਹਾਨੂੰ ਇਹ ਕਿਹਾ ਜਾਂਦਾ ਹੈ ਕਿ ਤੁਹਾਡਾ ਵੀਜ਼ਾ ਲੱਗਣ ਤੋਂ ਬਾਅਦ ਜਿਹੜੀ ਪੇਮੈਂਟ ਹੈ ਉਹਦੇ ਕੋਲ ਬਾਅਦ ਚ ਲਈ ਜਾਏਗੀ ਅਤੇ ਨਾਲ ਦੇ ਨਾਲ ਤੁਹਾਨੂੰ ਲੈਪਟਾਪ ਵੀ ਗਿਫਟ ਕੀਤਾ ਜਾਵੇਗਾ ਜਾਂ ਫਿਰ ਤੁਹਾਨੂੰ 15 ਦਿਨ ਦੀ ਅਕੋਮੋਡੇਸ਼ਨ ਵੀ ਫ੍ਰੀ ਦਿੱਤੀ ਜਾਏਗੀ ਅਤੇ ਇਸ ਦੇ ਨਾਲ ਨਾਲ ਹੀ ਤੁਹਾਨੂੰ 에ਅ ਟਿਕਟ ਵੀ ਦਿੱਤੀ ਜਾਏਗੀ ਤੇ ਇਹਦੇ ਨਾਲ ਕੀ ਹੁੰਦਾ ਹੈ ਕਾਫੀ ਲੋਕ ਏਜੰਟ ਦੀਆਂ ਗੱਲਾਂ ਦੇ ਵਿੱਚ ਆ ਜਾਂਦੇ ਨੇ ਤੇ ਉਹਨਾਂ ਦੇ ਨਾਲ ਕਾਫੀ ਜ਼ਿਆਦਾ ਧੋਖਾਧੜੀ ਹੋ ਜਾਂਦਾ ਹੈ ਤਾ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਮੈਂ ਇਸ ਧੁਖਾ ਧੜੀ ਬਾਰੇ ਜਾਣਕਾਰੀ ਦੇਣ ਜਾ ਰਹੀ ਹਾਂ ਸੋ ਇਸ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਐਂਡ ਤੱਕ ਜ਼ਰੂਰ ਦੇਖੋ ਤਾਂ ਕਿ ਤੁਹਾਨੂੰ ਜਿਹੜਾ ਵੀ ਧੁਖਾ ਹੋ ਰਿਹਾ ਉਹਦੇ ਬਾਰੇ ਜਾਣਕਾਰੀ ਮਿਲ ਸਕੇ ਵੀਡੀਓ ਸਟਾਰਟ ਕਰਨ ਤੋਂ ਪਹਿਲਾਂ ਤੁਹਾਨੂੰ ਦੱਸਣਾ ਚਾਹੁੰਦੀ ਹਾਂ ਕਿ ਅਸੀਂ ਆਪਣੇ ਇਸ YouTube ਦੇ ਚੈਨਲ ਦੇ ਉੱਪਰ ਡੇਲੀ ਨਵੀਨਤਮ ਵੀਡੀਓਜ਼ ਪਾ ਰਹੇ ਹਾਂ ਨਵੀਨਤਮ ਜਾਣਕਾਰੀ ਲੈ ਕੇ ਆ ਰਹੇ ਹਾਂ ਅਗਰ ਤੁਸੀਂ ਚਾਹੁੰਦੇ ਹੋ ਕਿ ਸਾਰੀ ਜਾਣਕਾਰੀ ਤੁਹਾਡੇ ਤੱਕ ਟਾਈਮ ਟੂ ਟਾਈਮ ਪਹੁੰਚਦੀ ਰਹੇ ਅਤੇ ਤੁਹਾਡੀ ਕੋਈ ਵੀਡੀਓ ਮਿਸ ਨਾ ਹੋਵੇ ਤਾਂ ਉਸ ਲਈ ਸਭ ਤੋਂ ਪਹਿਲਾਂ ਤੁਸੀਂ ਸਾਡੇ YouTube ਦੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ ਹੁਣ ਆਪਾਂ ਸਟਾਰਟ ਕਰਦੇ ਆਂ ਅੱਜ ਦੀ ਵੀਡੀਓ ਜਦੋਂ ਆਪਾਂ ਦੇਖਦੇ ਆਂ ਕਿ ਕਾਫੀ ਏਜੰਟ ਇਸ ਤਰ੍ਹਾਂ ਲਾਲਚ ਦਿੰਦੇ ਨੇ ਕਿ ਅਸੀਂ ਤੁਹਾਨੂੰ ਤੁਹਾਡੀ ਜਿਹੜੀ ਸਾਰੀ ਪੇਮੈਂਟ ਹੈ ਜਿਹੜੀ ਤੇ 4 ਜਾਂ 5 ਲੱਖ ਰੁਪਏ ਪੇਮੈਂਟ ਲੈਣੀ ਹੈ ਉਹ ਤੁਹਾਡੀ ਬਾਅਦ ਵਿੱਚ ਲਵਾਂਗੇ ਤੁਹਾਨੂੰ ਪਹਿਲਾਂ ਵੀਜ਼ਾ ਦਿੱਤਾ ਜਾਏਗਾ ਤਾਂ ਕਾਫੀ ਲੋਕ ਇਹਨਾਂ ਦੀਆਂ ਗੱਲਾਂ ਦੇ ਵਿੱਚ ਆ ਵੀ ਜਾਂਦੇ ਨੇ ਤਾਂ ਲੋਕ ਕੀ ਕਰਦੇ ਨੇ ਜਦੋਂ ਉਹਨਾਂ ਦੇ ਕੋਲ ਜਾਂਦੇ ਨੇ ਉਹਨਾਂ ਏਜੰਟ ਦੇ ਕੋਲੇ ਤਾਂ ਉੱਥੇ ਇਹੀ ਕਿਹਾ ਜਾਂਦਾ ਤੁਹਾਨੂੰ ਕਿ ਤੁਹਾਡੀ ਸਾਰੀ ਜਿਹੜੀ ਫੀਸ ਹੈ ਵੀਜ਼ਾ ਲੱਗਣ ਤੋਂ ਬਾਅਦ ਲਈ ਜਾਏਗੀ ਤਾਂ ਕੀ ਹੁੰਦਾ ਇਹਦੇ ਨਾਲ ਕਾਫੀ ਲੋਕ ਖੁਸ਼ ਵੀ ਹੋ ਜਾਂਦੇ ਨੇ ਕਿ ਉਹਨਾਂ ਨੂੰ ਪਹਿਲਾਂ ਖਰਚਾ ਨਹੀਂ ਕਰਨਾ ਪਏਗਾ ਪਰ ਇਹਦੇ ਨਾਲ ਨਾਲ ਤੁਹਾਨੂੰ ਇਹ ਵੀ ਕਿਹਾ ਜਾਂਦਾ ਹੈ ਕਿ ਤੁਸੀਂ ਸਾਡੇ ਥੋੜੇ ਜਿਹਾ ਫੰਡ ਨੇ ਉਹ ਸ਼ੋਅ ਕਰ ਰਹੇ ਹੋਣਗੇ ਅਗਰ ਤੁਸੀਂ ਇਹ ਕਹਿੰਦੇ ਹੋ ਕਿ ਤੁਹਾਡੇ ਕੋਲ ਆਪਣੇ ਫੰਡ ਹਨ ਤਾਂ ਫਿਰ ਤੁਹਾਨੂੰ ਕੁਝ ਗੋਲਮੋਲ ਗੱਲਾਂ ਕਰਕੇ ਸਮਝਾਇਆ ਜਾਂਦਾ ਹੈ ਕਿ ਸਾਡੇ ਕੋਲੋਂ ਅਗਰ ਤੁਸੀਂ ਵੀਜ਼ਾ ਲਗਵਾਉਣਾ ਹੈ ਤਾਂ ਤੁਹਾਡੇ ਫੰਡ ਨਹੀਂ ਚੱਲਣਗੇ ਤੁਹਾਨੂੰ ਸਾਡੇ ਫੰਡ ਹੀ ਸ਼ੋਅ ਕਰਨੇ ਪੈਣਗੇ ਫਿਰ ਕੀ ਕੀਤਾ ਜਾਂਦਾ ਤੁਹਾਨੂੰ ਇੱਕ ਬੈਂਕ ਦੇ ਵਿੱਚ ਭੇਜਿਆ ਜਾਂਦਾ ਹੈ ਅਤੇ ਤੁਸੀਂ ਉੱਥੇ ਜਾ ਕੇ ਖਾਤਾ ਖਲਵਾਉਣਾ ਹੁੰਦਾ ਹੈ ਤੁਸੀਂ ਉੱਥੇ ਜਾ ਕੇ ਆਪਣਾ ਖਾਤਾ ਖੁਲਵਾ ਦਿੰਦੇ ਹੋ ਅਤੇ ਤੁਹਾਡੇ ਅਕਾਊਂਟ ਦੇ ਵਿੱਚ ਪੈਸੇ ਪਾ ਦਿੱਤੇ ਜਾਂਦੇ ਨੇ ਅਤੇ ਫਿਰ ਕੀ ਹੁੰਦਾ 2 ਮਹੀਨੇ ਦੀ ਜਿੰਨੀ ਪਰਸੈਂਟੇਜ ਬੰਦੀ ਹੈ 1.5 ਜਾਂ 2 ਲੱਖ ਰੁਪਇਆ ਉਹ ਚਾਰਜ ਕਰ ਲਿਆ ਜਾਂਦਾ ਅਤੇ ਇਹ ਸਾਰੀ ਸਟੱਡੀ ਵੀਜ਼ੇ ਦੀ ਸਾਰੀ ਡਿਟੇਲ ਤੁਹਾਨੂੰ ਮੈਂ ਦੱਸ ਰਹੀ ਆ ਤੁਸੀਂ ਇਹ ਕਹੋਗੇ ਕਿ ਇਹਦੇ ਵਿੱਚ ਗਲਤ ਕੀ ਹੈ ਉਹਨਾਂ ਨੇ ਤੁਹਾਡੇ ਖਾਤੇ ਵਿੱਚ ਪੈਸੇ ਪਾਏ ਨੇ 2 ਲੱਖ ਰੁਪਏ ਤੁਹਾਡੇ ਕੋਲ ਚਾਰਜ ਕਰ ਲਿਆ ਐਵੇਂ ਹੀ ਟੂਰਿਸਟ ਵੀਜ਼ੇ ਦੇ ਵਿੱਚ ਹੁੰਦਾ ਹੈ ਪਰ ਤੋਖਾ ਕਿੱਥੇ ਹੋ ਰਿਹਾ ਹੈ ਉਹਦੇ ਬਾਰੇ ਵੀ ਤੁਹਾਨੂੰ ਮੈਂ ਜਾਣਕਾਰੀ ਜ਼ਰੂਰ ਦੇਵਾਂਗੀ ਜਦੋਂ ਸਟੱਡੀ ਵੀਜ਼ੇ ਲਈ ਤੁਹਾਡੇ ਖਾਤੇ ਵਿੱਚ ਪੈਸੇ ਪਾਏ ਜਾਂਦੇ ਨੇ ਤਾਂ ਕਿਸੇ ਵੀ ਬੈਂਕ ਭਾਵੇਂ ਕਿ ਪ੍ਰਾਈਵੇਟ ਬੈਂਕ ਦੇ ਵਿੱਚ ਉਹਨਾਂ ਵਿੱਚ ਇੱਕ ਆਪਸ਼ਨ ਹੁੰਦੀ ਹੈ ਤੁਸੀਂ ਇੰਟਰਨੈਟ ਬੈਂਕਿੰਗ ਤੇ ਜਾਓ ਅਤੇ ਉੱਥੇ ਜਾ ਕੇ ਅ ਇੰਟਰਨੈਟ ਬੈਂਕਿੰਗ ਤੇ ਜਾ ਕੇ ਤੁਸੀਂ ਜਿੰਨੀ ਵੀ ਅਮਾਉਂਟ ਤੁਹਾਡੇ ਅਕਾਊਂਟ ਦੇ ਵਿੱਚ ਪਈ ਹੈ ਜਿੰਨੀ ਐਫ ਡੀ ਦੀ ਅਮਾਉਂਟ ਹੈ ਉਸ ਨੂੰ ਐਫ ਡੀ ਵਿੱਚ ਕਨਵਰਟ ਕਰ ਦਿਓ ਅਤੇ ਐਫ ਡੀ ਤੇ ਤੁਸੀਂ ਓਵਰਡਰਾਫਟ ਲਿਮਿਟ ਲੈ ਸਕਦੇ ਹੋ ਜਿਸ ਨੂੰ ਕਿ ਓਡੀ ਲਿਮਿਟ ਵੀ ਕਿਹਾ ਜਾਂਦਾ ਹੈ ਓਡੀ ਲਿਮਿਟ ਜਿਹੜੀ ਆ ਉਹ 80 ਤੋਂ 90% ਸਾਰੇ ਬੈਂਕ ਦੇ ਦਿੰਦੇ ਨੇ ਮੰਨ ਲਓ ਅਗਰ ਤੁਸੀਂ 10 ਲੱਖ ਉਹਨਾਂ ਨੇ ਤੁਹਾਡੇ ਖਾਤੇ ਦੇ ਵਿੱਚ ਪਾਇਆ ਹੈ ਅਤੇ ਨੈਕਸਟ ਇਹੀ 9 ਲੱਖ 9 ਲੱਖ ਦੇ ਉੱਪਰ ਉਹਨਾਂ ਨੇ ਲੋਨ ਲੈ ਲੈਣਾ ਤੇ ਲੋਨ ਲੈ ਕੇ ਉਹ ਲੋਨ ਲੈ ਕੇ ਉਹ 9 ਲੱਖ ਉਹਨਾਂ ਨੇ ਨੈਕਸਟ ਕਿਸੇ ਹੋਸਟ ਸਟੂਡੈਂਟ ਦੇ ਖਾਤੇ ਦੇ ਵਿੱਚ ਪਾ ਦੇਣਾ ਅਤੇ ਉਹਦੇ ਕੋਲੋਂ ਵੀ ਉਹਨਾਂ ਨੇ 1.5 ਜਾਂ 2 ਲੱਖ ਰੁਪਏ ਲੈ ਲੈਣੇ ਅਤੇ ਜਿਹੜਾ ਨੈਕਸਟ ਸਟੂਡੈਂਟ ਦੇ ਖਾਤੇ ਵਿੱਚ 9 ਲੱਖ ਪਾਇਆ ਉਹਦੇ ਵਿੱਚ ਵੀ ਉਹਨਾਂ ਨੇ 90% ਲੋਨ ਲੈ ਕੇ ਅਗਲੇ ਸਟੂਡੈਂਟ ਦੇ ਖਾਤੇ ਦੇ ਵਿੱਚ ਪਾ ਦੇਣਾ ਹੈ ਮੀਨਸ ਕਿ ਜਿਹੜਾ 10 ਲੱਖ ਰੁਪਏ ਉਹਨਾਂ ਨੇ ਦਿੱਤਾ ਹੈ ਉਹੀ 10 ਲੱਖ ਰੁਪਏ ਉਹਨਾਂ ਨੇ ਕਿੰਨੇ ਹੀ ਸਟੂਡੈਂਟ ਦੇ ਖਾਤਿਆਂ ਦੇ ਵਿੱਚ ਕਮਾ ਦੇਣਾ ਅਤੇ ਸਾਰਿਆਂ ਦੇ ਕੋਲੋਂ ਹੀ ਪੈਸੇ ਚਾਰਜ ਕਰ ਲੈਣੇ ਨੇ ਅਗਰ ਇਮੀਗ੍ਰੇਸ਼ਨ ਜਿਹੜਾ ਉਹ ਇਨਕੁਆਰੀ ਕਰ ਲੈਂਦਾ ਹੈ ਬੈਂਕ ਦੇ ਕੋਲੋਂ ਕਿਉਂਕਿ ਜਦੋਂ ਤੁਸੀਂ ਸਟੱਡੀ ਵੀਜ਼ਾ ਅਪਲਾਈ ਕੀਤਾ ਸੀਗਾ ਤਾਂ ਸਟੂਡੈਂਟ ਨੂੰ ਇਹ ਨਹੀਂ ਪਤਾ ਹੁੰਦਾ ਕਿ ਕੀ ਹੈ ਸਟੂਡੈਂਟ ਨੂੰ ਇਹ ਲੱਗਦਾ ਹੈ ਕਿ ਸਿੰਪਲ ਜਿਹੜਾ ਐਫਡੀ ਕਰਾਈ ਹੈ ਫਿਰ ਐਫਡੀ ਦਾ ਸਰਟੀਫਿਕੇਟ ਹੈ ਉਹ ਉਹਦੀ ਫਾਈਲ ਦੇ ਨਾਲ ਲੱਗਾ ਹੋਇਆ ਹੈ। ਸਟੂਡੈਂਟ ਕੋਲ ਸਟੂਡੈਂਟ ਦੇ ਕੋਲ ਅਕਾਊਂਟ ਦਾ ਕੋਈ ਵੀ ਡਾਟਾ ਨਹੀਂ ਹੁੰਦਾ ਜਿਹੜਾ ਅਕਾਊਂਟ ਖਲਵਾਇਆ ਹੁੰਦਾ। ਕਿਉਂਕਿ ਉਹਦੀ ਜਿਹੜੀ ਚੈੱਕ ਬੁੱਕ ਹੁੰਦੀ ਹੈ ਜਾਂ ਫਿਰ ਉਹਦਾ ਏਟੀਐਮ ਹੁੰਦਾ ਜਾਂ ਪਾਸਬੁੱਕ ਵਗੈਰਾ ਹੁੰਦੀ ਹੈ ਉਹ ਜਿਹੜਾ ਏਜੰਟ ਹੈ ਖਾਤਾ ਖਲਵਾ ਕੇ ਆਪਣੇ ਨਾਲ ਹੀ ਲੈ ਜਾਂਦਾ ਹੈ। ਬਾਈਚਾਂਸ ਅਗਰ ਇਮੀਗ੍ਰੇਸ਼ਨ ਬੈਂਕ ਦੇ ਕੋਲ ਚੈੱਕ ਕਰ ਲਵੇ ਤਾਂ ਬੈਂਕ ਨੇ ਇਮੀਗ੍ਰੇਸ਼ਨ ਨੂੰ ਇਹੀ ਕਹਿਣਾ ਹੈ ਕਿ ਇਹ ਜਿਹੜੀ ਐਫਡੀ ਹੈ ਇਹਦੇ ਉੱਪਰ ਇੰਨਾ ਲੋਨ ਲਿਆ ਗਿਆ ਹੈ ਤੇ ਇਸ ਟਾਈਮ ਅਕਾਊਂਟ ਦੇ ਅਕਾਊਂਟ ਦੇ ਵਿੱਚ ਇੰਨੀ ਅਮਾਉਂਟ ਪਈ ਹੈ ਮੀਨਸ ਕਿ ਅਗਰ 10 ਲੱਖ ਦੀ ਐਫਡੀ ਹੈ ਤਾਂ 1 ਲੱਖ ਰੁਪਏ ਹੀ ਪਿਆ ਹੈ ਮੀਨਸ ਕਿਤੇ ਨਾ ਕਿਤੇ ਚੀਜ਼ ਗੁਮਰਾਹ ਕਰਨ ਵਾਲੀ ਹੋ ਜਾਂਦੀ ਹੈ ਅਤੇ ਇਮੀਗ੍ਰੇਸ਼ਨ ਨੂੰ ਇਹ ਲੱਗਦਾ ਹੈ ਕਿ ਇਹ ਸਾਰਾ ਕੁਝ ਸਟੂਡੈਂਟ ਨੇ ਹੀ ਕੀਤਾ ਹੈ ਸਟੂਡੈਂਟ ਹੀ ਗੁਮਰਾਹ ਕਰ ਰਿਹਾ ਹੈ ਤੇਸ ਕਰਕੇ ਕੀ ਹੋ ਜਾਂਦਾ ਹੈ ਕਾਫੀ ਕੇਸਿਸ ਦੇ ਵਿੱਚ ਬੱਚਿਆਂ ਦੇ ਉੱਪਰ ਬੈਨ ਵੀ ਲੱਗ ਜਾਂਦਾ ਹੈ ਜਾਂ ਬੱਚਿਆਂ ਦਾ ਕੇਸ ਰਿਫਿਊਜ਼ਲ ਬੱਚਨੂੰ ਰਿਫਿਊਜ਼ਲ ਮਿਲ ਜਾਂਦੀ ਹੈ ਬੱਚਿਆਂ ਦਾ ਕੇਸ ਨਹੀਂ ਲੱਗਦਾ ਸੋ ਇਹੋ ਜੇ ਧੋਖਾਧੜੀ ਤੋਂ ਬੱਚਿਆਂ ਨੂੰ ਬਚਨ ਦੀ ਲੋੜ ਹੈ ਆਪਾਂ ਇਹ ਨਹੀਂ ਕਹਿੰਦੇ ਕਿ ਸਾਰੇ ਏਜੰਟ ਹੀ ਇਸ ਤਰ੍ਹਾਂ ਕਰਦੇ ਨੇ ਕਾਫੀ ਏਜੰਟ ਸਹੀ ਵੀ ਕਰਦੇ ਨੇ ਸਹੀ ਢੰਗ ਦੇ ਨਾਲ ਬੱਚਿਆਂ ਨੂੰ ਫੰਡ ਸ਼ੋਅ ਕਰਨ ਲਈ ਕਹਿੰਦੇ ਨੇ ਸਹੀ ਤਰ੍ਹਾਂ ਨਾਲ ਫੰਡ ਸ਼ੋਅ ਕੀਤੇ ਜਾਂਦੇ ਨੇ ਪਰ ਜਿਹੜੇ ਏਜੰਟ ਧੋਖਾਧੜੀ ਕਰਦੇ ਨੇ ਉਹਨਾਂ ਕੋਲੋਂ ਤੁਹਾਨੂੰ ਬਚਣਾ ਚਾਹੀਦਾ ਹੈ ਤਾਂ ਕਿ ਤੁਹਾਡੇ ਉੱਪਰ ਤੁਹਾਡੇ ਉੱਪਰ ਕਿਸੇ ਤਰ੍ਹਾਂ ਦਾ ਬੈਨ ਨਾ ਲੱਗੇ ਜਾਂ ਫਿਰ ਤੁਹਾਡ ਸੋ ਇਹਨਾਂ ਨਿੱਕੇ ਨਿੱਕੇ ਗੱਲਾਂ ਦਾ ਧਿਆਨ ਦੇਣਾ ਬਹੁਤ ਜ਼ਰੂਰੀ ਹੈ ਸੋ ਏਜੰਟ ਦੀਆਂ ਸਾਰੇ ਏਜੰਟ ਦੀਆਂ ਗੱਲਾਂ ਦੇ ਵਿੱਚ ਆਉਣ ਦੀ ਲੋੜ ਨਹੀਂ ਪਹਿਲਾਂ ਜਾਂਚ ਪਰਖ ਕਰੋ ਪੂਰੀ ਪੜਤਾਲ ਕਰਨ ਤੋਂ ਬਾਅਦ ਹੀ ਆਪਣਾ ਵੀਜ਼ਾ ਲਗਾਓ ਹੋਰ ਜ਼ਿਆਦਾ ਅਪਡੇਸ਼ਨਾਂ ਲਈ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ ਅਤੇ ਸਾਡੇ ਪਿੱਛੇ ਦਿੱਤੇ ਨੰਬਰ ਦੇ ਉੱਪਰ ਕੰਟੈਕਟ ਕਰਕੇ ਤੁਸੀਂ ਸਾਡੇ ਨਾਲ ਗੱਲਬਾਤ ਕਰ ਸਕਦੇ ਹੋ ਅਤੇ ਕਿਸੇ ਵੀ ਵੀਜ਼ੇ ਬਾਰੇ ਜਾਂ ਕੈਨੇਡਾ ਬਾਰੇ ਜਾਣਕਾਰੀ ਲੈ ਸਕਦੇ ਹੋ ਅਤੇ ਅਪਡੇਸ਼ਨ ਲੈਣ ਦੇ ਲਈ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ ਥੈਂਕ ਯੂ